ਨਾ ਗਾਂ ਰੱਖੀ ਛੋਟੀ, ਉਹਦੇ ਵਾਸਤੇ ਪੱਠੇ ਲੈਣ ਗਈ ਸੀਗੀ। ਰਾਤ ਅਵਾਰਾ ਕੁੱਤਿਆਂ ਨੇ ਇਹਨੂੰ ਬੁਰੀ ਤਰ੍ਹਾਂ ਨਾਲ ਨੋਚ ਨੋਚ ਕੇ ਖਾ ਲਿਆ ਜੀ, ਅਤੇ ਇਸਦੀ ਡੈਥ ਹੋ ਗਈ ਆ। 7:15 ਮੈਂ ਘਰ ਮੈਂ ਆਇਆ ਹਾਂ, ਮੈਂ ਆਪਣੇ ਬੱਚੇ ਕੋ ਪੁੱਛਾ ਹੂੰ ਮਾਂ ਕਹਾਂ ਹੈ, ਤੋ ਮੇਰੇ ਬੋਲਾ ਗਿਆ ਹੈ ਪਠਾ ਲਾਨੇ ਕੇ ਲਈ, ਪਾਪਾ ਦੇਖ ਕੇ ਆਓ ਕਹੀਂ ਕੁੱਤਾ ਤਾਂ ਨਹੀਂ ਕੱਟ ਲਿਆ ਹੈ। ਤੋ ਗਿਆ ਹੂੰ ਤੋ ਆ ਕੇ ਮੈਂ 7:15 ਮੈਂ ਗਿਆ ਹੂੰ ਖੇਤ ਮੇਂ, ਤੋ ਦੇਖ ਰਹਾ ਕੁੱਤਾ ਖਾਇਆ ਹੁਆ। ਸਰ ਅਬ ਦੇਖੋ, ਅਬ ਜੋ ਸਰਕਾਰ ਜੇ ਮਦਦ ਕਰੇਂਗੇ ਤੋ ਹਮ ਹਮਕੋ ਚਾਹੀਏ ਹੈ, ਗਰੀਬ ਬੰਦੇ ਹੈ ਕਹਾਂ ਸੇ ਹਮ ਲੇਂਗੇ, ਤਿੰਨ ਬੱਚੇ ਹੈ, ਤਿੰਨ ਬੱਚੇ ਕਹਾਂ ਸੇ ਖਿਲਾਏਂਗੇ ਹਮ। ਇਹ ਸਾਡੀ ਰਾਤ ਘਟਨਾ ਹੋਈ, ਇੱਕ ਗਰੀਬ ਪ੍ਰਵਾਸੀ ਪਰਿਵਾਰ ਇੱਥੇ ਰਹਿ ਰਿਹਾ ਜੀ, ਬੰਦੇ ਉੱਪਰ ਹੀ ਆਪਣਾ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਾਲ ਪੋਸ਼ਣ ਕਰਦੇ ਆ। ਰਾਤ ਲੱਗੇ ਸੀ ਲਾਗੇ ਆਪਣੇ ਨਾ ਗਾਂ ਰੱਖੀ ਛੋਟੀ, ਉਹਦੇ ਵਾਸਤੇ ਪੱਠੇ ਲੈਣ ਗਈ ਸੀਗੀ। ਰਾਤ ਅਵਾਰਾ ਕੁੱਤਿਆਂ ਨੇ ਇਹਨੂੰ ਬੁਰੀ ਤਰ੍ਹਾਂ ਨਾਲ ਨੋਚ ਨੋਚ ਕੇ ਖਾ ਲਿਆ ਜੀ, ਅਤੇ ਇਸਦੀ ਡੈਥ ਹੋ ਗਈ ਆ। ਇਸ ਤੋਂ ਪਹਿਲਾਂ ਵੀ ਹਫ਼ਤਾ ਇੱਕ ਘਟਨਾ ਹੋਈ ਆ, ਬੱਚੇ ਦੀ ਬੱਚੇ ਨੂੰ ਖਾਧਾ ਆ, ਉਸਦੀ ਵੀ ਡੈਥ ਹੋ ਗਈ ਆ। ਇੱਕ ਉਸ ਤੋਂ ਇਲਾਵਾ ਇੱਕ ਜਨਾਨੀ ਹੋਰ ਸੀ, ਉਹ ਹਜੇ ਜੇਰੇ ਇਲਾਜ ਆ ਸਿਵਲ ਹੋਸਪਿਟਲ ਕਪੂਰਥਲਾ ਦੇ ਵਿੱਚ, ਉਸਨੂੰ ਵੀ ਬੁਰੀ ਤਰ੍ਹਾਂ ਖਾਧਾ, ਜੋ ਉਸਦਾ ਲੱਤਾਂ ਬਾਹਾਂ ਸਾਰੀਆਂ ਉਹ ਲਚਾਰ ਹੋ ਗਈ ਆ। ਮੰਗ ਸਾਡੀ ਪ੍ਰਸ਼ਾਸਨ ਦੇ, ਇੱਕ ਤਾਂ ਇਹਨਾਂ ਪ੍ਰਵਾਸੀ ਮਜ਼ਦੂਰ ਜਿਹੜੇ ਹੈਗੇ, ਜੋ ਇਹਨਾਂ ਦੀ ਭਰਪਾਈ ਕੀਤੀ ਜਾਵੇ, ਜੋ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ। ਇੱਥੇ ਜੀ ਹੁਣੇ ਹੁਣੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਇੱਕ ਲੇਡੀ ਸੀ ਜਿਹਨੂੰ ਰਾਤੀ ਕੱਲ੍ਹ ਸ਼ਾਮ ਨੂੰ ਕੁੱਤਿਆਂ ਨੇ ਖਾ ਲਿਆ ਅਤੇ ਉਹਦੀ ਡੈਥ ਹੋ ਗਈ ਆ। ਐਕਚੁਲੀ ਸਾਨੂੰ ਸਵੇਰੇ ਇਨਫੋਰਮ ਕੀਤਾ ਇਹਨਾਂ ਨੇ ਘਟਨਾ ਕੱਲ੍ਹ ਸ਼ਾਮ ਦੀ ਆ। ਹਾਂਜੀ, ਇੱਕ ਪਹਿਲਾਂ ਬੱਚੇ ਦੀ ਕਹਿੰਦੇ ਡੈਥ ਹੋਈ ਆ ਅਤੇ ਇੱਕ ਇਹ ਹੋਈ ਆ, ਅਤੇ ਅਸੀਂ ਕਰ ਰਹੇ ਹਾਂ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਹਾਂ। ਕੁੱਤੇ ਅਵਾਰਾ ਕੁੱਤੇ ਨੇ, ਕੋਈ ਅੱਡਾ ਰੋੜੀ ਇੱਥੇ ਨੇੜੇ ਤੇੜੇ, ਉੱਥੇ 15-20 ਕੁੱਤੇ ਬੈਠਦੇ ਨੇ ਅਤੇ ਉਹ ਅਕਸਰ ਅੱਜ ਕੱਲ੍ਹ ਇਨਸਾਨਾਂ ਨੂੰ ਵੱਢਣ ਲੱਗ ਪਏ ਆ, ਅਤੇ ਇਹਨਾਂ ਦਾ ਅਸੀਂ ਹੱਲ ਕਰਦੇ ਹਾਂ ਪ੍ਰਸ਼ਾਸਨ ਨਾਲ ਰਲ ਕੇ। SDM ਸਾਹਿਬ ਕੋਲ ਜਾਂਦੇ ਹਾਂ ਅਸੀਂ ਜੀ, ਪਿੰਡ ਵਾਲੇ ਵੀ ਜਾਣਗੇ, ਅਤੇ ਜੋ ਵੀ ਇਹਦਾ ਹੱਲ ਆਊਗਾ, ਇਲਾਕਾ ਨਿਵਾਸੀਆਂ ਨੂੰ ਮੈਂ ਇਹ ਯਕੀਨ ਦਵਾਉਣਾ ਚਾਹੁੰਦਾ ਕਿ ਜਲਦ ਤੋਂ ਜਲਦ ਅਸੀਂ ਇਹਨਾਂ ਦਾ ਹੱਲ ਕਰਾਂਗੇ।